ਤੁਸੀਂ ਬਾਹਰ ਜਾਣ ਲਈ ਬੱਚਿਆਂ ਨੂੰ ਇੰਗਲਿਸ਼ ਪੜ੍ਹਾਉਂਦੇ ਹੋ, ਤੁਸੀਂ ਆਪ ਬਾਹਰ ਗਏ ਹੋ। ਚਲੋ ਮੰਨ ਲਿਆ ਇਹ ਵੀਡੀਓ ਹੁਣ ਕੋਈ ਪੇਰੈਂਟਸ ਪੂਰੀ ਦੇਖ ਰਹੇ ਆ ਔਰ ਆਪਣਾ ਬੱਚਾ ਤੁਹਾਡੇ ਕੋਲ ਲੈ ਕੇ ਇੱਥੇ ਬੈਠ ਗਏ ਆ। ਬੱਚਾ ਛੱਡਤਾ ਕਿ ਸਾਡਾ ਬੱਚਾ ਤੁਹਾਡੇ ਹਵਾਲੇ ਹੈ ਕਿ ਇਹਦੇ ਹੁਣ ਵਧੀਆ ਬੈਂਡ ਆਉਣਗੇ ਔਰ ਵਧੀਆ ਬੈਂਡ ਲੈ ਕੇ ਇਸ ਗੇਟ 'ਚੋਂ ਬਾਹਰ ਨਿਕਲੂਗਾ, ਇਸ ਗੱਲ ਦੀ ਗਰੰਟੀ ਲੈਂਦੇ ਹੋ? ਸ਼ਹਿਰਾਂ ਦੇ ਵਿੱਚ ਆਇਲਸ ਇੰਸਟੀਟਿਊਟ ਨੇ, ਇਹ ਸ਼ਹਿਰਾਂ ਦੇ ਵਿੱਚ ਨੇ ਪਰ ਜਿਹੜੇ ਬੱਚੇ ਇਹਨਾਂ ਦੇ ਵਿੱਚ ਆਉਂਦੇ ਨੇ ਉਹ ਪਿੰਡਾਂ ਤੋਂ ਆਉਂਦੇ ਨੇ। ਇਹੋ ਜਿਹਾ ਕਰਦੇ ਕੀ ਹੋ ਕਿ ਪੰਜਾਬ ਬੋਰਡ ਪੜ੍ਹਿਆ ਹੋਇਆ ਬੱਚਾ ਭਾਵੇਂ ਉਹ ਜ਼ੀਰੋ ਤੋਂ ਸਟਾਰਟ ਕਰ ਲਈਏ, ਉਹਦੇ 8 ਬੈਂਡ, 8.5 ਬੈਂਡ, 9 ਬੈਂਡ ਘੱਟੋ ਘੱਟ ਲਾ ਲਓ, 6.5 ਬੈਂਡ ਆਉਂਦੇ ਨੇ, ਪਰ ਕਿਵੇਂ ਮਿਹਨਤ ਕਰਦੇ ਆ ਭਾਜੀ? ਫਿਰ ਇਹ ਤੁਹਾਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੋਊਗਾ, ਸਾਡੇ ਪੰਜਾਬ ਦੇ ਵਿੱਚ ਹੀ ਬਹੁਤਾ ਇਹ ਦੌਰ ਚੱਲਦਾ ਕਿ ਸਾਡੇ ਪਿੰਡਾਂ ਵਾਲੇ ਮੁੰਡੇ ਨੇ ਮੇਰੇ ਵਰਗੇ ਨੇ ਜਿਨ੍ਹਾਂ ਨੇ ਆਇਲਸ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਇਹ ਨਹੀਂ ਕਹੂੰਗਾ ਆਇਲਸ ਕੀਤੀ, ਕੋਸ਼ਿਸ਼ ਹੀ ਕਰਦੇ ਨੇ, ਇੱਕ ਵਾਰੀ ਕੀਤੀ, 2 ਵਾਰ ਕੀਤੀ, 3 ਵਾਰ ਕੀਤੀ, ਉਸ ਤੋਂ ਬਾਅਦ ਕੀ ਹੁੰਦਾ ਜੀ ਮੁੰਡੇ ਕੋਲ ਆਇਲਸ ਨਹੀਂ ਹੁੰਦੀ ਤਾਂ ਇਸ ਤੋਂ ਬਾਅਦ ਕੀ ਕਰਦੇ ਨੇ, ਕੁੜੀ ਲੱਭ ਲਓ ਵਧੀਆ ਜਿਹਦੇ ਆਇਲਸ 'ਚੋਂ ਵਧੀਆ ਬੈਂਡ ਆਏ ਹੋਣ, ਕੁੜੀ ਨੂੰ ਜਾਜੇ ਚੜ੍ਹਾ ਦਿਓ ਵਿਆਹ ਕਰਵਾ ਕੇ ਅਤੇ ਉਹ ਸਾਡਾ ਮੁੰਡਾ ਬੁਲਾ ਲਊਗੀ। ਸਵਾਲ ਮੇਰਾ ਇਹੀ ਆ ਕਿ ਸਾਡੇ ਪੰਜਾਬ ਦੇ ਮੁੰਡੇ ਇੰਨੇ ਵੀਕ ਨੇ ਕਿ ਯਾਰ ਉਹਨਾਂ ਕੋਲੋਂ ਇੱਕ ਇੰਗਲਿਸ਼ ਦਾ ਟੈਸਟ ਹੈ ਆਇਲਸ, ਇਹ ਨਹੀਂ ਹੋ ਰਹੀ। ਸਾਰੇ ਬੱਚੇ ਸਿਆਣੇ ਆ, ਪੰਪ ਦੀ ਗੱਲ ਛੱਡੋ, ਮੈਂ ਤੁਹਾਨੂੰ ਆਹ ਦੱਸਦਾ ਕਿ ਆਹ ਦੇਖੋ ਆਹ ਬੁੱਕਸ ਆ ਮੇਰੀਆਂ ਜਿਹੜੀਆਂ ਬੁੱਕਸ ਆ, ਮੈਂ ਤਾਂ ਆਪਣੀ ਬੁੱਕ 'ਚ ਪਹਿਲਾ ਪੇਜ ਹੀ ਉਹ ਰੱਖਿਆ ਹੋਇਆ ਆ ਜਿਹਨੂੰ ਜੇ ਬੱਚਾ ਪੜ੍ਹ ਲਵੇ, ਇਹਨੂੰ ਬੈਂਡ ਡਿਸਕ੍ਰਿਪਟਰ ਕਹਿੰਦੇ ਆ। ਬਹੁਤ ਸਾਰੇ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਪਤਾ ਨਹੀਂ ਕਿ ਬੈਂਡ ਡਿਸਕ੍ਰਿਪਟਰ ਕੀ ਆ, 2-2, 3-3 ਮਹੀਨੇ ਲਗਾ ਲੈਂਦੇ। ਇਹਨੂੰ ਪੜ੍ਹ ਲਓ ਵੀ ਇਹ ਤੁਹਾਡੇ ਕੀ ਰਿਕੁਆਇਰਮੈਂਟ ਹੈਗੀਆਂ, ਤੁਸੀਂ ਆਪ ਹੀ ਇੰਨੇ ਕੈਪੇਬਲ ਹੋ ਜਾਓਗੇ ਕਿ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ 7 ਬੈਂਡ ਵਾਲਾ ਕੰਮ ਕਰ ਰਹੇ ਹੋ ਕਿ 8 ਬੈਂਡ ਵਾਲਾ ਕਰ ਰਹੇ ਹੋ। ਕਿੰਨੇ ਬੱਚੇ ਨੇ ਜਿਨ੍ਹਾਂ ਨੇ ਤੁਹਾਡੇ ਇੰਸਟੀਚਿਊਟ ਚੋਂ ਨਿਕਲ ਕੇ ਆਈਲੈਂਡ ਦਾ ਟੈਸਟ ਦਿੱਤਾ ਪਰ ਪਾਸ ਨਹੀਂ ਹੋਏ, ਉਹਨਾਂ ਦੇ ਬੈਂਡ ਨਹੀਂ ਆਏ, ਤੁਸੀਂ ਇਹ ਪੁੱਛ ਰਹੇ? ਬਿਲਕੁਲ ਇਹ 'ਚ ਸੱਚਾਈ ਹੈ ਭਾਜੀ, ਇਹਨੂੰ ਮੈਂ ਆਪਣੇ ਤਰੀਕੇ ਦੇ ਨਾਲ ਆਨਸਰ ਦਊਂਗਾ। ਅਸੀਂ ਕੀ ਕਰ ਰਹੇ ਹਾਂ ਅਸੀਂ ਸਾਰੇ ਲੋਕ, ਜੇ ਬਾਈ ਚਾਂਸ ਤੁਹਾਡੇ ਕੋਲ ਕੋਈ ਬੱਚਾ ਆਉਂਦਾ ਹੈ ਉਹਦੇ ਬੈਂਡ ਘੱਟ ਆਉਂਦੇ ਨੇ ਤਾਂ ਦੂਜੀ ਵਾਰ ਤੁਸੀਂ ਉਹਦੇ ਕੋਲੋਂ ਅੱਧੀ ਫੀਸ, ਬਿਲਕੁਲ ਬਿਲਕੁਲ ਅੱਧੀ ਫੀਸ ਚਾਰਜ ਕਰਾਂ। ਹਾਂਜੀ ਦੋਸਤੋ, ਜਿਵੇਂ ਕਿ ਅੱਜ ਹਰ ਦੂਸਰੇ ਪੰਜਾਬੀ ਦਾ ਸੁਪਨਾ ਹੈ ਕਿ ਮੈਂ ਵਿਦੇਸ਼ ਜਾਵਾਂ, ਭਾਵੇਂ ਉਹ ਕੈਨੇਡਾ ਦੀ ਧਰਤੀ ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਫਿਰ USA ਦੀ, ਪਰ ਅੱਜ ਕੱਲ੍ਹ ਕੈਨੇਡਾ ਜਾਣ ਦੇ ਲਈ ਖਾਸ ਕਰਕੇ ਸਟੂਡੈਂਟ ਵੀਜ਼ੇ ਦਾ ਦੌਰ ਚੱਲ ਰਿਹਾ ਹੈ ਅਤੇ ਸਟੂਡੈਂਟ ਵੀਜ਼ੇ 'ਤੇ ਜਾਣ ਲਈ ਤੁਹਾਨੂੰ ਜਿਵੇਂ ਇੱਕ ਵਧੀਆ ਕੰਸਲਟੈਂਟ, ਵਧੀਆ ਏਜੰਟ ਦੀ ਲੋੜ ਹੁੰਦੀ ਹੈ, ਐਵੇਂ ਹੀ ਵਧੀਆ ਏਜੰਟ ਕੋਲ ਜਾਣ ਤੋਂ ਪਹਿਲਾਂ, ਵਧੀਆ ਕੰਸਲਟੈਂਟ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਵਧੀਆ ਆਇਲਸ ਇੰਸਟੀਟਿਊਟ ਦੀ ਲੋੜ ਹੁੰਦੀ ਹੈ, ਤੁਹਾਨੂੰ ਇੱਕ ਵਧੀਆ ਟੀਚਰ ਦੀ ਲੋੜ ਹੁੰਦੀ ਹੈ ਜੋ ਕਿ ਤੁਹਾਨੂੰ ਵਧੀਆ ਬੈਂਡ ਹਾਸਲ ਕਰਨ ਦੇ ਵਿੱਚ ਤੁਹਾਡੀ ਮਦਦ ਕਰੇ। ਅਤੇ ਇਸੇ ਦੇ ਕਾਰਨ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਦੀ ਮੋਟੀਵੇਟਰਸ ਜਲੰਧਰ। ਅਤੇ ਇਸੇ ਦੇ ਨਾਲ ਦੋਸਤੋ, ਮੇਰਾ ਨਾਮ ਹੈ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਆਈ ਐਮ ਹੀਰੋ, ਅਤੇ ਅੱਜ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਆਈ ਐਮ ਹੀਰੋ 'ਤੇ। ਅਤੇ ਪਹਿਲਾਂ ਤਾਂ ਜਦੋਂ ਮੈਂ ਤੁਹਾਡੇ ਕੋਲ ਆਇਆ, ਹਾਂਜੀ, ਸਾਡੀ ਗੱਲ ਇਹੀ ਹੋਈ ਸੀਗੀ ਕਿ ਜੇਕਰ ਤੁਸੀਂ ਮੈਨੂੰ ਆਪਣੇ ਇੰਸਟੀਟਿਊਟ ਦੇ ਵਿੱਚ ਬੁਲਾ ਰਹੇ ਹੋ ਤਾਂ ਸਵਾਲ ਮੇਰੀ ਮਰਜ਼ੀ ਦੇ, ਬਿਲਕੁਲ ਯਾਦ, ਜਵਾਬ ਤੁਹਾਡੀ, ਬਿਲਕੁਲ ਯਾਦ ਆ ਪੂਰੀ ਗੱਲ, ਬਿਲਕੁਲ ਜੀ ਯਾਦ। ਹਾਂਜੀ ਹਾਂਜੀ। ਅਤੇ ਅਗਲੀ ਗੱਲ ਇਹੀ ਹੈ ਕਿ ਜੇ ਤੁਸੀਂ ਇਸੇ ਬੱਚਿਆਂ ਨੂੰ ਇੰਗਲਿਸ਼ ਪੜ੍ਹਾਉਂਦੇ ਹੋ, ਉਹਨਾਂ ਨੂੰ ਵਧੀਆ ਬੈਂਡ ਸਕੋਰ ਲੈ ਕੇ ਦਿੰਦੇ ਹੋ, ਪਰ ਇਹ ਇੰਟਰਵਿਊ ਆਪਾਂ ਪੂਰੀ ਪੰਜਾਬੀ 'ਚ ਕਰਾਂਗੇ, ਕੋਈ ਇਸ਼ੂ ਨਹੀਂ, ਕਿਉਂਕਿ ਇਸ ਵੀਡੀਓ ਨੂੰ ਹੋ ਸਕਦਾ ਕਿਸੇ ਬੱਚੇ ਦੇ ਮਾਂ ਬਾਪ ਦੇ ਹੋਰ ਜਾਂ ਰਿਸ਼ਤੇਦਾਰ ਦੇਖਦੇ ਹੋ। ਠੀਕ ਹੈ ਸਰ। ਅਤੇ ਹੁਣ ਆਪਾਂ ਤੁਹਾਡੇ ਗੇਟ 'ਚ ਐਂਟਰ ਜਦੋਂ ਕੀਤੀ ਹੈ ਨਾ ਤਾਂ ਕਰਦੇ ਸਾਰ ਕਾਫੀ ਫੋਟੋਜ਼ ਲੱਗੀਆਂ ਹੋਈਆਂ ਨੇ, 8.5 ਬੈਂਡ ਆ, 7.5 ਬੈਂਡ ਆ, 8 ਬੈਂਡ ਆ, 8 ਬੈਂਡ ਆ, ਇਹ ਰਿਜ਼ਲਟਸ ਆਏ ਨੇ ਜਾਂ ਕਿਤੇ ਹੋਰ ਪਾਸੇ ਚੱਕ ਕੇ ਲਾ ਦਿੱਤੇ ਨੇ? ਨਹੀਂ, ਇੱਦਾਂ ਨਹੀਂ ਭਾਜੀ, ਇਹ ਸਾਰੇ ਰਿਜ਼ਲਟ ਆਏ ਹੋਏ ਨੇ। ਮਤਲਬ ਸਪੈਸ਼ਲੀ ਇੱਥੇ ਮੈਂ ਕਿਉਂ ਲਗਾਏ ਨੇ, ਇਹਦਾ ਇੱਕ ਰੀਜ਼ਨ ਹੈਗਾ ਕਿ ਇਹ ਸਾਰੇ ਉਹ ਬੱਚੇ ਨੇ ਜਿਹੜੇ ਮੇਰੇ ਫਰਸਟ ਬੈਚ ਦੇ ਬੱਚੇ ਸੀਗੇ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ। ਹਾਂ ਬਿਲਕੁਲ, ਜਦੋਂ ਸ਼ੁਰੂ ਕੀਤਾ ਸੀਗਾ ਇਹ ਸਾਰੇ ਉਦੋਂ ਦੇ ਨੇ, ਇਹਨਾਂ ਵਿੱਚੋਂ ਮੋਸਟਲੀ ਸਾਰੇ ਕੈਨੇਡਾ ਦੇ ਵਿੱਚ ਚਲੇ ਗਏ ਨੇ, ਕੋਮਲਪ੍ਰੀਤ ਡਾਕਟਰ ਸੀਗੇ ਇਹ ਵੀ ਕੈਨੇਡਾ ਦੇ ਵਿੱਚ ਸੈਟਲ ਨੇ, ਹਨਾ ਗਾਇਤਰੀ, ਇਹ ਸਾਰੇ ਮੇਰੇ ਕੋਲ ਪੜੇ ਆ ਬੱਚੇ, ਇਹ ਫਰਸਟ ਬੈਚ ਸੀ ਤਾਂ ਕਰਕੇ ਇਹਨਾਂ ਨੂੰ ਸਪੈਸ਼ਲੀ ਇੱਥੇ ਰਿਸੈਪਸ਼ਨ ਤੇ ਲਗਾਇਆ। ਪਹਿਲੇ ਅਟੈਂਪਟ ਦੇ ਵਿੱਚ ਇਹਨਾਂ ਦੇ ਕਲੀਅਰ ਹੋਏ? ਜੀ ਬਿਲਕੁਲ, ਇਹ ਮੋਸਟਲੀ, ਹਾਂ ਬਿਲਕੁਲ, ਇਹਨਾਂ ਦੇ ਵਿੱਚੋਂ ਸਾਰੇ ਜਿੰਨੇ ਵੀ ਸੀਗੇ ਸਾਰੇ ਫਰਸਟ ਅਟੈਂਪਟ ਵਾਲੇ ਸੀਗੇ, ਇਹਨਾਂ ਨੇ ਕੋਈ ਦੂਸਰਾ ਅਟੈਂਪਟ ਨਹੀਂ ਲਿਆ, ਫਰਸਟ ਅਟੈਂਪਟ ਦੇ ਵਿੱਚ ਮੈਕਸਿਮਮ ਮਨ ਲੱਗਦਾ ਵਿਦ ਇਨ ਅ ਮੰਥ ਇਹਨਾਂ ਨੇ ਆਪਣੇ ਬੈਂਡਸ ਅਚੀਵ ਕਰ ਲਏ ਸੀ ਸਰ। ਵਿਦ ਇਨ ਅ ਮੰਥ 8.5 ਬੈਂਡ,
ਠੀਕ ਹੈ ਤੇ ਆਪਾਂ ਪਿੱਛੇ ਵੀ ਦੇਖ ਰਹੇ ਹਾਂ ਫੋਟੋ ਬਿਲਕੁਲ ਬਿਲਕੁਲ ਕੰਨੀਆਂ ਇੱਥੇ ਨਹੀਂ ਲੱਗੀਆਂ ਹੋਈਆਂ ਹੋਰ ਵੀ ਲੱਗੀਆਂ ਬਿਲਕੁਲ ਸਰ ਬਿਲਕੁਲ ਤੁਸੀਂ ਨੀਚੋਂ ਆਏ ਹੋਵੋਗੇ ਤੁਸੀਂ ਆਫਿਸ ਨੀਚੇ ਮੇਰੇ ਗਏ ਹੋਵੋਗੇ ਉੱਥੇ ਵੀ ਤੁਸੀਂ ਦੇਖਿਆ ਹੋਗਾ ਕਾਫੀ ਬੈਂਡਸ ਵੀ ਉੱਥੇ ਲੱਗੇ ਹੋਏ ਆ ਤੇ ਕੁਝ ਫੋਟੋਜ਼ ਲੱਗੇ TRF ਇਵਨ ਨੋਟਿਸ ਬੋਰਡ ਤੇ ਲੱਗੇ ਹੋਏ ਆ ਸੋ ਤੁਹਾਡਾ ਜਿਹੜਾ ਪਹਿਲਾ ਸਵਾਲ ਸੀ ਕਿ ਫੋਟੋ ਉੱਦੇ ਤਾਂ ਨਹੀਂ ਲਗਾਈਆਂ ਹੋਈਆਂ ਉਹਨਾਂ ਦੇ ਤੁਸੀਂ ਆਪਾਂ ਬੈਠਦੇ ਆ ਤੁਹਾਨੂੰ ਮੈਂ ਉਹਨਾਂ ਦੇ ਸਾਰੇ ਉਹਨਾਂ ਦੇ TRF ਰਿਕਾਰਡਸ ਵਗੈਰਾ ਸਾਰਾ ਮੇਨਟੇਨ ਕਰੀਦਾ ਉਹ ਤੁਹਾਨੂੰ 1x1 ਤੁਹਾਡੀਆਂ ਜੋ ਕੁਐਰੀਜ਼ ਆ ਮੈਂ ਸਾਰੀਆਂ ਸੋਲਵ ਕਰ ਦਿੰਦਾ ਹਾਂਜੀ ਸਰਪ੍ਰੀਤ ਭਾਅ ਜੀ ਆਪਾਂ ਨਾ ਤੁਹਾਡੇ ਦਫ਼ਤਰ 'ਚ ਆ ਗਏ ਹਾਂ ਬੈਠੇ ਹਾਂ ਮੈਂ ਬੈਠਾ ਹਾਂ ਕਿਉਂਕਿ ਤੁਸੀਂ ਮੈਨੂੰ ਬੁਲਾਇਆ ਸੀ ਪਰ ਮੰਨ ਲਓ ਇਹ ਵੀਡੀਓ ਕੋਈ ਪੇਰੈਂਟਸ ਦੇਖ ਰਹੇ ਨੇ ਕੋਈ ਬੱਚਾ ਦੇਖ ਰਿਹਾ ਪਰ ਉਹ ਤੁਹਾਡੇ ਕੋਲ ਵੀਡੀਓ ਦੇਖ ਕੇ ਕਿਉਂ ਆਉਣ ਉਹ ਇਸ ਟੇਬਲ ਦੇ ਸਾਹਮਣੇ ਕਿਉਂ ਬੈਠਣ ਦੇਖੋ ਭਾਅ ਜੀ ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਤੁਹਾਡੀ ਗੱਲ ਨੂੰ ਕੱਟ ਕਰਦਾ ਮੈਂ ਇਹ ਚਾਹੁੰਦਾ ਹੀ ਨਹੀਂ ਕਿ ਮੇਰੀ ਇਸ ਵੀਡੀਓ ਨੂੰ ਦੇਖ ਕੇ ਆਓ ਦੂਸਰਾ ਮੇਰੇ ਕੋਲ ਆਓ ਕਿਉਂ ਕਿਉਂਕਿ ਅਸੀਂ ਬਾਕੀਆਂ ਵਾਂਗੂ ਚਾਰ ਚਾਰ ਪੰਜ ਪੰਜ ਛੇ ਟੀਚਰਸ ਰੱਖ ਕੇ ਨਹੀਂ ਕੁਛ ਇੱਦਾਂ ਦਾ ਕਰ ਰਹੇ ਅਸੀਂ ਆਪ ਇਸ ਆਪਣੀ ਸਟੱਡੀ ਦੇ ਵਿੱਚ ਇਨਵੋਲਵ ਹਾਂ ਅਸੀਂ ਆਪ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਕਿਸੇ 'ਤੇ ਡਿਪੈਂਡੈਂਟ ਨਹੀਂ ਹੈ ਪਹਿਲਾਂ ਤਾਂ ਮੇਨ ਕਾਰਨ ਹੈ ਦੂਸਰਾ ਜਦੋਂ ਤੁਸੀਂ ਲੰਘ ਕੇ ਆਏ ਹਾਂ ਤੁਸੀਂ ਦੇਖਿਆ ਕਿ ਫੋਟੋਆਂ ਲੱਗੀਆਂ ਉਹ ਸਾਡੇ ਰੈਫਰੈਂਸ ਆ ਸਾਡਾ ਹੋਰ ਕੋਈ ਅਸੀਂ ਕਿਸੇ ਨੂੰ ਫੋਨ ਕਰ ਕਰਕੇ ਨਹੀਂ ਬੁਲਾਉਂਦੇ ਨਾ ਭਾਅ ਜੀ ਕਿਸੇ ਨੂੰ ਮਾਰਕੀਟਿੰਗ ਦੇ ਲਈ ਅਸੀਂ ਕੋਈ ਬੰਦਾ ਰੱਖਿਆ ਸਾਡੇ ਬੱਚਿਆਂ ਦੇ ਬੈਂਡ ਆਏ ਉਹਨਾਂ ਨੇ ਗਾਂ ਰੈਫਰ ਕੀਤਾ ਸਾਨੂੰ ਬੱਚਾ ਆਇਆ ਦੈਟਸ ਇਟ ਦੈਟਸ ਇਟ ਤੁਸੀਂ ਕੋਈ ਪ੍ਰਮੋਸ਼ਨ ਨਹੀਂ ਕਰਵਾਈ ਬਿਲਕੁਲ ਕੋਈ ਪ੍ਰਮੋਸ਼ਨ ਨਹੀਂ ਅੱਜ ਤੱਕ ਆਪਾਂ ਗੱਲ ਕਰਦੇ ਕਿ ਬਾਹਰ ਫੋਟੋਜ਼ ਲੱਗੀਆਂ ਨੇ ਕੁਛ 100 ਦੀ ਗਿਣਤੀ 'ਚ ਹੋਣਗੀਆਂ ਜਾਂ 200 ਦੀ ਗਿਣਤੀ 'ਚ ਹੋਣਗੀਆਂ ਮੈਨੂੰ ਲੱਗਦਾ ਭਾਜੀ ਤੁਸੀਂ ਜਿੱਥੋਂ ਥੱਲੇ ਆਫਿਸ ਹੋ ਕੇ ਆਏ ਆ 100-200 ਤਾਂ ਉੱਥੇ ਹੀ ਲੱਗੀਆਂ ਆ ਬਾਕੀ ਹਜੇ ਉੱਪਰ ਆਪਾਂ ਦੇਖਣੀਆਂ ਬਾਕੀ ਆ ਤੇ ਅਜੇ ਕਈਆਂ ਦੀਆਂ ਫੋਟੋਆਂ ਨਾ ਹੋਣ ਕਰਕੇ ਆਪਾਂ ਲਗਾ ਅੱਛਾ ਹਜੇ ਕਈ ਲੱਗੀਆਂ ਨਹੀਂ ਬਿਲਕੁਲ 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 ਆਪਾਂ ਹੁਣ ਤੱਕ ਮੈਂ ਤੁਹਾਨੂੰ ਵੈਸੇ ਹੀ ਪੁੱਛੂੰਗਾ ਗਿਣਤੀ ਹੈ ਗਿਣਤੀ ਹੋਈ ਨਹੀਂ ਭਾਜੀ ਗਿਣਤੀ ਨਹੀਂ ਕੋਈ ਹੈਗੀ ਗਿਣਤੀ ਹੋਈ ਨਹੀਂ ਹੈਗੀ ਕਿ ਕਿੰਨੇ ਕੁ ਬੱਚੇ ਪੜ੍ਹ ਚੁੱਕੇ ਆ ਤੇ ਕਿੰਨਿਆਂ ਦੇ ਐਟਲੀਸਟ ਉਹਨਾਂ ਨੂੰ ਜਿੰਨੇ ਜਿੰਨੇ ਬੈਂਡ ਚਾਹੀਦੇ ਸੀ ਮਹਾਰਾਜ ਦੀ ਕਿਰਪਾ ਨਾਲ ਆਏ ਆ ਬਿਲਕੁਲ ਆਏ ਠੀਕ ਹੈ ਚਲੋ ਮੰਨ ਲਿਆ ਇਹ ਵੀਡੀਓ ਹੁਣ ਕੋਈ ਪੇਰੈਂਟਸ ਪੂਰੀ ਦੇਖ ਰਹੇ ਆ ਔਰ ਆਪਣਾ ਬੱਚਾ ਤੁਹਾਡੇ ਕੋਲ ਲੈ ਕੇ ਇੱਥੇ ਬੈਠ ਗਿਆ ਬੱਚਾ ਛੱਡਤਾ ਕਿ ਸਾਡਾ ਬੱਚਾ ਤੁਹਾਡੇ ਹਵਾਲੇ ਹੈ ਕਿ ਇਹਦੇ ਹੁਣ ਵਧੀਆ ਬੈਂਡ ਆਉਣਗੇ ਔਰ ਵਧੀਆ ਬੈਂਡ ਲੈ ਕੇ ਇਸ ਗੇਟ 'ਚੋਂ ਬਾਹਰ ਨਿਕਲੂਗਾ ਇਸ ਗੱਲ ਦੀ ਗਰੰਟੀ ਲੈਂਦੇ ਹੋ ਜੇ ਇਸ ਗੱਲ ਦੀ ਗਰੰਟੀ ਭਾਅ ਜੀ ਬੱਚਿਆਂ ਦੇ ਪੇਰੈਂਟਸ ਲੈ ਲੈਣ ਕਿ ਸਾਡੇ ਬੱਚੇ ਇੱਥੇ ਆ ਕੇ ਪੜ੍ਹਨਗੇ ਮੈਂ ਵੀ ਇਸ ਚੀਜ਼ ਦੀ ਗਰੰਟੀ ਲੈਣ ਨੂੰ ਤਿਆਰ ਹਾਂ ਕਿ ਮੇਰੇ ਕੋਲ ਆ ਕੇ ਮੈਨੂੰ ਆਪਣੀ ਕਾਬਲੀਅਤ 'ਤੇ ਯਕੀਨ ਆ ਅਸੀਂ ਪੜ੍ਹਾਵਾਂਗੇ ਬੱਚੇ ਦੇ ਬੈਂਡ ਜ਼ਰੂਰ ਆਉਣਗੇ ਮੇਰਾ ਇੱਕ ਸਵਾਲ ਇਹ ਹੈ ਕਿ ਮੈਂ ਇੱਕ ਪਿੰਡ ਤੋਂ ਬਿਲੋਂਗ ਕਰਦਾ ਸਾਡੇ ਪਿੰਡਾਂ ਦੇ ਵਿੱਚੋਂ ਜਦੋਂ ਅਸੀਂ ਆਉਂਦੇ ਹਾਂ ਨਾ ਤਾਂ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਸ਼ਹਿਰਾਂ ਦੇ ਵਿੱਚ ਆਇਲਸ ਇੰਸਟੀਟਿਊਟ ਨੇ ਇਹ ਸ਼ਹਿਰਾਂ ਦੇ ਵਿੱਚ ਨੇ ਪਰ ਜਿਹੜੇ ਬੱਚੇ ਇਹਨਾਂ ਦੇ ਵਿੱਚ ਆਉਂਦੇ ਨੇ ਉਹ ਪਿੰਡਾਂ ਤੋਂ ਆਉਂਦੇ ਨੇ ਉਹ ਬਹੁਤੇ ਜਿਨ੍ਹਾਂ ਨੇ ਪਲੱਸ 2 ਕੀਤੀ ਹੁੰਦੀ ਹੈ ਪੰਜਾਬ ਬੋਰਡ ਤੋਂ ਕਿਉਂਕਿ ਇਹਦਾ ਕਾਰਨ ਇਹ ਹੈ ਭਾਅ ਜੀ ਕਿ ਸਭ ਤੋਂ ਜ਼ਿਆਦਾ ਮਿਹਨਤ ਹੁੰਦੀ ਹੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਬੱਚਿਆਂ 'ਤੇ ਹੈ ਕਾਰਨ ਉਹਦਾ ਇਹ ਕੀ ਆ ਕਿ ਇੱਕ ਇਟਸ ਲਾਈਕ ਅ ਡਰੋਬੈਕ ਥੋੜ੍ਹਾ ਜਿਹਾ ਆਪਣਾ ਐਜੂਕੇਸ਼ਨ ਸਿਸਟਮ ਦਾ ਕਿ ਪਲੱਸ 2 ਤਾਂ ਹੋ ਗਈ ਹੁੰਦੀ ਆ ਕ੍ਰੈਮਿੰਗ ਕਰਕੇ ਰੂਟ ਲਰਨਿੰਗ ਕਰਕੇ ਬਟ ਉਹਨਾਂ ਦੇ ਬੇਸ ਕਲੀਅਰ ਨਹੀਂ ਹੁੰਦਾ ਜੇ ਆਪਾਂ ਗ੍ਰੈਮਰ ਕਰੀਏ ਜਾਂ ਜੇ ਆਪਾਂ ਕਹਿ ਲਈਏ ਜਿਹੜੇ ਤੁਹਾਡੇ ਬਾਹਰ ਫੋਟੋਜ਼ ਲੱਗੀਆਂ ਹੋਈਆਂ ਨੇ ਇਹਨਾਂ ਵਿੱਚੋਂ ਪੰਜਾਬ ਬੋਰਡ ਵਾਲੇ ਬੱਚੇ ਕਿੰਨੇ ਨੇ ਇਹਦੇ ਵਿੱਚੋਂ ਜਿਹੜੇ ਤਾਂ ਤੁਸੀਂ ਮੇਰੇ ਪਹਿਲੇ ਫਸਟ ਬੈਚ ਦੇ ਦੇਖੇ ਜੇ 10 ਫੋਟੋਆਂ ਲੱਗੀਆਂ ਕਿਰਨ ਤੋਂ ਲੈ ਕੇ ਗਾਇਤਰੀ ਤੱਕ ਇਹ ਪਹਿਲੇ 3 ਬੱਚੇ ਤੇ ਉਸ ਤੋਂ ਬਾਅਦ ਅਖੀਰਲੇ ਬੱਚੇ ਇਹ ਪੰਜਾਬ ਬੋਰਡ ਵਾਲੇ ਆ ਜਿਹੜੀ ਸੈਂਟਰ ਦੇ ਵਿੱਚ ਤੁਸੀਂ ਲਾਈਨ ਦੇਖਿਆ ਇਹ ਸਾਰੇ CBSE ਵਾਲੇ ਆ ਬਟ ਟਾਈਮ ਕੀ ਹੈ ਜੇ ਪੰਜਾਬ ਬੋਰਡ ਵਾਲੇ ਵੀ ਸੀ ਉਹਨਾਂ ਨੇ ਵੀ ਹਾਰਡਲੀ 1 ਮਹੀਨੇ ਦੇ ਵਿੱਚ ਬੈਂਡ ਲਏ ਆ ਠੀਕ ਹੈ ਤੁਸੀਂ ਇਹੋ ਜਿਹਾ ਕਰਦੇ ਕੀ ਹੋ ਕਿ ਪੰਜਾਬ ਬੋਰਡ ਪੜ੍ਹਿਆ ਹੋਇਆ ਬੱਚਾ ਭਾਵੇਂ ਉਹ 0 ਤੋਂ ਸਟਾਰਟ ਕਰ ਲਈਏ ਉਹਦੇ 8 ਬੈਂਡ 8.5 ਬੈਂਡ 9 ਬੈਂਡ ਘੱਟੋ ਘੱਟ ਲਾ ਲਓ 6.5 ਬੈਂਡ ਆਉਂਦੇ ਨੇ ਪਰ ਕਿਵੇਂ ਮਿਹਨਤ ਕਰਦੇ ਆ ਭਾਜੀ ਤੁਸੀਂ ਕੀ ਕਰਦੇ ਕੀ ਹੋ ਮੈਂ ਕਹਿ ਰਿਹਾ ਮਿਹਨਤ ਕਰਦੇ ਹੋ ਮਿਹਨਤ ਕਰਨ ਦਾ ਵੀ ਇੱਕ ਤਰੀਕਾ ਇਹ ਨਹੀਂ ਕਿ ਇੱਕੋ ਜਿਹੀ ਮਿਹਨਤ ਸਾਰਿਆਂ ਨੂੰ ਇੱਕੋ ਜਿਹੀ ਅਸੀਂ ਮਿਹਨਤ ਇੱਕ ਪਾਸੇ ਲਾਈ ਜਾਂਦੇ ਇੱਕੋ ਹੀ ਜਿਹੜਾ ਬੱਚਾ ਜਿੱਦਾਂ ਦਾ ਉਹਨੂੰ ਉਹਦੇ ਹਿਸਾਬ ਨਾਲ ਢਾਲ ਰਹੇ ਹਾਂ ਜੇ ਕੋਈ CBSE ICSE ਬੋਰਡ ਤੋਂ ਪੜ੍ਹਿਆ ਉਹਦਾ ਲੈਵਲ ਅੱਛਾ ਆ ਉਹਨੂੰ ਅਸੀਂ ਥੋੜ੍ਹਾ ਜਿਹਾ ਅਲੱਗ ਬਿਠਾ ਦਿੰਦੇ ਹਾਂ ਕਿਉਂਕਿ ਉਹ ਕੀ ਪ੍ਰੈਫਰ ਕਰਦਾ ਕਿ ਜੀ 4 ਮੋਡਿਊਲ ਮੇਰੇ ਚਾਰੇ ਇੱਕ ਦਿਨ ਦੇ ਵਿੱਚ ਹੋ ਜਾਣ ਉਹਨੂੰ ਉਹਦੇ ਹਿਸਾਬ ਨਾਲ ਚੱਲਦਾ ਕਿਉਂਕਿ ਉਹਦੇ 'ਚ ਹੀ ਉਹ ਖੁਸ਼ ਆ ਪੰਜਾਬ ਬੋਰਡ ਵਾਲਾ ਬੱਚਾ ਉਹ ਥੋੜ੍ਹਾ ਜਿਹਾ ਵੀਕ ਆ ਬਾਕੀਆਂ ਨਾਲੋਂ ਹੈ ਨਾ ਇਸ ਲਈ ਉਹਨੂੰ ਸਾਡੀ ਦੂਸਰੀ ਸਟ੍ਰੈਟਜੀ ਆ 1 ਮੋਡਿਊਲ ਇਨ 1 ਡੇ ਅਸੀਂ ਉਹਨੂੰ ਸੈਪਰੇਟ ਕਲਾਸ ਵਿੱਚ ਬਿਠਾ ਕੇ ਉਹਨੂੰ 1-2 ਮੋਡਿਊਲ ਦੇ ਉੱਤੇ ਹੀ ਜ਼ਿਆਦਾ ਫੋਕਸ ਕਰਵਾਇਆ ਜਾਂਦਾ ਤਾਂ ਕਿ ਪਰਫੈਕਸ਼ਨ ਅਟੇਨ ਕੀਤੀ ਜਾ ਸਕੇ ਨਾ ਕਿ ਇਕੱਲੀਆਂ ਰੋਜ਼-ਰੋਜ਼ ਉਹੀ ਸੇਮ ਚੀਜ਼ਾਂ ਨੂੰ ਰਿਪੀਟ ਕੀਤਾ ਜਾਵੇ ਹੁਣ ਆਪਾਂ ਦੇਖ ਰਹੇ ਹਾਂ ਕਿ ਇੱਥੇ ਪਿੱਛੇ ਕਲਾਸ ਚੱਲ ਰਹੀ ਹੈ ਇਹ ਕਲਾਸ ਦੇਖੋ ਇਹ ਬੱਚੇ ਬੈਠੇ ਆ ਇਹ ਕਲਾਸ ਸੇਮ ਉਹੀ 1 ਮੋਡਿਊਲ ਇਨ 1 ਡੇ ਦੀ ਚੱਲਦੀ ਹੈ ਤੁਸੀਂ ਨੀਚੇ ਆ ਕੇ ਪਹਿਲਾਂ ਆਫਿਸ ਰੁਕੇ ਸੀਗੇ ਉੱਥੇ ਬੱਚੇ ਬੈਠੇ ਉਹ ਆਇਲਸ ਜਿਨ੍ਹਾਂ ਦਾ ਰੈਗੂਲਰ ਮੋਡਿਊਲ ਚੱਲ ਰਿਹਾ ਹੈ ਇਹ ਬੱਚੇ ਗਿਣਤੀ ਦੇ 7-8 ਆ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ ਸਪੈਸ਼ਲੀ ਟਾਰਗੇਟ ਕਰਦੇ ਹੋ ਬਿਲਕੁਲ 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 ਆਲ ਦਾ ਟਾਈਮ ਇੱਥੇ ਮੈਂ ਹੁੰਦਾ ਇਹਨਾਂ ਨੂੰ ਮੋਨੀਟਰ ਕਰੀਦਾ ਨਾਲ ਨਾਲ ਮੇਰੀ ਹੈਲਪ ਕਰਨ ਨੂੰ ਮੇਰੇ ਟੀਚਰ ਜ਼ਰੂਰ ਹੁੰਦੇ ਆ ਬਟ ਪ੍ਰੋਪਰਲੀ ਇਹਨਾਂ ਦੇ ਮੋਡਿਊਲਸ ਕਿੱਥੇ ਕਮੀ ਹੈ ਕੀ ਹੋ ਰਿਹਾ ਕਿੱਥੇ ਵਰਕ
ਕਿਹੜੇ ਮੋਡਿਊਲ ਨੂੰ ਕਿੱਦਾਂ ਟਾਈਮ ਇਹਨਾਂ ਨੂੰ ਲਵਾਉਣਾ, ਟਾਈਮ ਮੈਨੇਜਮੈਂਟ ਵੀ ਨਾਲ, ਉਹ ਸਾਰਾ ਕੁਛ ਇਹਨਾਂ ਨੂੰ ਇੱਥੇ ਕਰਾਇਆ ਜਾਂਦਾ। ਚਲੋ ਇਹ ਤਾਂ ਉਹ ਬੱਚੇ ਨੇ ਜਿਹੜੇ ਆਇਲਸ ਕਰ ਰਹੇ ਨੇ, ਹੁਣ ਮੈਂ ਉਹਨਾਂ ਦੀ ਗੱਲ ਕਰੂੰਗਾ ਕਿਉਂਕਿ ਮੈਂ ਪਿੰਡਾਂ ਤੋਂ ਆਉਣਾ, ਮੈਂ ਆਪ ਭਾਜੀ ਖੁਦ ਪਿੰਡ ਤੋਂ ਆ, ਇਸ ਲਈ ਮੈਂ ਇਹ ਸਮਝਦਾ ਹਾਂ। ਮੇਰਾ ਵੀ ਇੱਥੋਂ 25-26 ਕਿਲੋਮੀਟਰ ਦੂਰ ਪਿੰਡ ਆ, ਮੈਂ ਇਹ ਚੀਜ਼ ਨੂੰ ਸਮਝਦਾ। ਫਿਰ ਇਹ ਤੁਹਾਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੋਊਗਾ, ਸਾਡੇ ਪੰਜਾਬ ਦੇ ਵਿੱਚ ਹੀ ਬਹੁਤਾ ਇਹ ਦੌਰ ਚੱਲਦਾ ਕਿ ਸਾਡੇ ਪਿੰਡਾਂ ਵਾਲੇ ਮੁੰਡੇ ਨੇ ਮੇਰੇ ਵਰਗੇ ਨੇ ਜਿਨ੍ਹਾਂ ਨੇ ਆਇਲਸ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਇਹ ਨਹੀਂ ਕਹੂੰਗਾ ਆਇਲਸ ਕੀਤੀ, ਕੋਸ਼ਿਸ਼ ਹੀ ਕਰਦੇ ਨੇ, ਇੱਕ ਵਾਰੀ ਕੀਤੀ, ਦੋ ਵਾਰ ਕੀਤੀ, ਤਿੰਨ ਵਾਰ ਕੀਤੀ, ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਮੁੰਡੇ ਕੋਲ ਆਇਲਸ ਨਹੀਂ ਹੁੰਦੀ ਤਾਂ ਇਸ ਤੋਂ ਬਾਅਦ ਕੀ ਕਰਦੇ ਨੇ, ਕੁੜੀ ਲੱਭ ਲਓ ਵਧੀਆ ਜਿਹਦੇ ਆਇਲਸ ਤੋਂ ਵਧੀਆ ਬੈਂਡ ਆਏ ਹੋਣ, ਕੁੜੀ ਨੂੰ ਜਾਜੇ ਚੜਾ ਦਿਓ ਵਿਆਹ ਕਰਵਾ ਕੇ ਅਤੇ ਉਹ ਸਾਡਾ ਮੁੰਡਾ ਬੁਲਾ ਲਊਗੀ। ਸਵਾਲ ਮੇਰਾ ਇਹੀ ਆ ਕਿ ਸਾਡੇ ਪੰਜਾਬ ਦੇ ਮੁੰਡੇ ਇੰਨੇ ਵੀਕ ਨੇ ਕਿ ਯਾਰ ਉਹਨਾਂ ਕੋਲੋਂ ਇੱਕ ਇੰਗਲਿਸ਼ ਦਾ ਟੈਸਟ ਹੈ ਆਇਲਸ, ਇਹ ਨਹੀਂ ਹੋ ਰਹੀ। ਨਹੀਂ ਨਹੀਂ ਮੁੰਡੇ ਵੀਕ ਨਹੀਂ ਆ, ਇਹ ਤਾਂ ਗੱਲ ਬਿਲਕੁਲ ਹੀ ਸਰਾਸਰੀ ਗੱਲ 'ਤੇ, ਇੱਦਾਂ ਨਹੀਂ, ਇਹ ਬਸ ਇੱਕ ਮਾਇੰਡ ਸੈੱਟ ਬਣ ਗਿਆ। ਠੀਕ ਹੈ, ਤੁਸੀਂ ਵੀ ਵਰਡ ਯੂਜ਼ ਕੀਤਾ ਕਿ ਮੁੰਡੇ ਟਰਾਈ ਕਰਦੇ ਆ, ਬਸ ਇਹੀ ਆ ਕਿ ਉਹ ਟਰਾਈ ਕਰਦੇ ਆ, ਉਹ ਇਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਕਹਿੰਦੇ ਚਲੋ ਇੱਕ ਵਾਰੀ ਕਰ ਲਓ, ਦੂਜੀ ਵਾਰੀ ਟਰਾਈ ਕਰ ਲਓ, ਨਾ ਹੋਇਆ ਨਹੀਂ ਤਾਂ ਬਾਪੂ ਜੀ ਨੇ ਜਗਾੜ ਤਾਂ ਕੋਈ ਨਾ ਕੋਈ ਲਾ ਹੀ ਦੇਣਾ, ਹੈ ਨਾ। ਇਸੇ ਲਈ ਉਹ ਟਰਾਈ ਕਰਦੇ ਆ, ਅਤੇ ਜੇ ਦੇਖਿਆ ਜਾਵੇ ਦੂਜੇ ਪਾਸੇ ਕੁੜੀਆਂ ਵੱਲ ਇਸ ਚੀਜ਼ ਦੇ ਰੁਝਾਨ ਨੂੰ ਉਹ ਟਰਾਈ ਨਹੀਂ ਕਰਦੀਆਂ, ਉਹ ਇਹਨੂੰ ਅਟੈਂਪਟ ਪਹਿਲੇ ਅਟੈਂਪਟ ਦੇ ਵਿੱਚ ਕਲੀਅਰ ਕਰਨ ਦਾ ਸੋਚਦੀਆਂ, ਤਾਂ ਹੀ ਸ਼ਾਇਦ ਫਰਕ ਹੈ ਕਿ ਅਸੀਂ ਇਹ ਸੋਚਦੇ ਕਿ ਮੁੰਡਿਆਂ ਦਾ ਧਿਆਨ ਘੱਟ ਆ ਜੀ, ਜਾਂ ਮੁੰਡੇ ਘੱਟ ਕਰਦੇ ਆ ਐਜ਼ ਕੰਪੇਅਰ ਟੂ ਕੁੜੀਆਂ। ਚਲੋ ਮੰਨ ਲਓ ਇਹ ਵੀਡੀਓ ਦੇਖ ਕੇ ਤੁਹਾਡੇ ਕੋਲ ਮੁੰਡਾ ਕੋਈ ਆ ਜਾਂਦਾ ਹੈ ਕਿ ਭਾਜੀ ਮੈਂ ਸੀਰੀਅਸ ਹਾਂ, ਮੈਂ ਆਇਲਸ ਕਰਨਾ ਚਾਹੁੰਦਾ, ਵਧੀਆ ਬੈਂਡ ਸਕੋਰ ਲੈਣੇ ਚਾਹੁੰਦਾ, ਤੁਸੀਂ ਉਹਨੂੰ ਕਨਵਿੰਸ ਕਿਵੇਂ ਕਰਦੇ ਹੋ ਕਿ ਯਾਰ ਤੂੰ ਟਰਾਈ ਨਹੀਂ ਕਰਨਾ? ਹਾਂ ਬਿਲਕੁਲ, ਨਹੀਂ ਦੇਖੋ ਮੈਂ ਹਰਪ੍ਰੀਤ ਭਾਜੀ ਕਨਵਿੰਸ ਦੀ ਗੱਲ ਨਹੀਂ, ਮੈਂ ਪਹਿਲੀ ਚੀਜ਼ ਤੱਕ ਤੁਹਾਨੂੰ ਹੋਰ ਇੱਥੇ ਚੀਜ਼ ਐਡ ਆਨ ਕਰਨੀ ਚਾਹੁੰਦਾ ਕਿ ਮਾਰਕੀਟ ਦੇ ਵਿੱਚ ਨਾ ਇੱਕ ਟ੍ਰੈਂਡ ਚੱਲਿਆ ਹੋਇਆ ਫ੍ਰੀ ਡੈਮੋ, ਫ੍ਰੀ ਡੈਮੋ, ਹੈ ਨਾ। ਮੈਂ ਕੁਛ ਇੱਦਾਂ ਕੁਛ ਬੱਚੇ ਨੂੰ ਨਹੀਂ ਬੁਲਾ ਰਿਹਾ ਕਿ ਮੇਰੇ ਕੋਲ ਫ੍ਰੀ ਆ ਕੇ ਡੈਮੋ ਲਓ, ਮੇਰਾ ਇੱਕੋ ਹੀ ਇੱਕ ਸਲੋਗਨ ਆ ਕਿ ਤੁਹਾਡੀਆਂ ਜੋ ਪ੍ਰੋਬਲਮਸ ਆ, ਜੋ ਵੀ ਤੁਹਾਨੂੰ ਜਿਹੜੇ ਵੀ ਮੋਡਿਊਲ 'ਚ ਪ੍ਰੋਬਲਮ ਆ ਰਹੀ, ਤੁਸੀਂ ਆ ਕੇ ਮੇਰੇ ਕੋਲ 15 ਮਿੰਟ ਲਈ ਬੈਠੋ, ਔਨ ਦਾ ਸਪੋਟ ਤੁਹਾਡੀ ਜੇ ਸਲਿਊਸ਼ਨ ਮੈਂ ਦੇ ਦਿੱਤਾ ਤੁਹਾਡੀ ਪ੍ਰੋਬਲਮ ਦਾ, ਫਿਰ ਇਹ ਇੰਸਟੀਟਿਊਸ਼ਨ ਰਾਈਟ ਪਲੇਸ ਹੈ ਤੁਹਾਡੇ ਲਈ। ਮੈਂ ਉਹਨੂੰ ਪਹਿਲੇ ਦਿਨ ਤੋਂ ਮੋਟੀਵੇਟ ਕਰਦਾ ਪ੍ਰੋਪਰ, ਇਹ ਨਹੀਂ ਕਿ ਆਇਆ ਤਾਂ ਬਸ ਆਪਣਾ ਜੀ ਆ ਰੀਡਿੰਗ ਰਾਈਟਿੰਗ ਲਾਓ, ਫੀਸ ਦਿੱਤੀ ਅਤੇ ਚੱਲ ਵੀ ਹੋ ਜਾ ਸ਼ੁਰੂ, ਇੱਦਾਂ ਦਾ ਕੁਛ ਨਹੀਂ ਹੈ ਭਾਜੀ। ਪਹਿਲੇ ਵਾਚ ਆਊਟ ਕਰੀਦਾ ਪ੍ਰੋਪਰ, ਜੋ ਉਹਦੀਆਂ ਪ੍ਰੋਬਲਮ ਦਾ ਚਾਹੇ ਅੱਧਾ ਘੰਟਾ ਚਾਹੇ 1 ਘੰਟਾ ਲੱਗ ਜਾਵੇ, ਬਟ ਉਹ ਫ੍ਰੀ ਡੈਮੋ ਵਾਲਾ ਕੰਮ ਨਹੀਂ, ਕਿਉਂਕਿ ਉਹ ਫ੍ਰੀ ਡੈਮੋ 'ਚ ਲੱਗ ਕੇ ਟ੍ਰੈਪ, ਮੈਂ ਜੋ ਸੋਚਦਾ ਬੱਚਿਆਂ, ਹਾਂ ਬੱਚਿਆਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਵਧੀਆ ਤੋਂ ਵਧੀਆ ਉਹਨਾਂ ਨੂੰ ਉਸ ਵੇਲੇ ਮਾਹੌਲ ਦਿੱਤਾ ਜਾਂਦਾ, ਹੈ ਨਾ, ਇੱਕ ਤੋਂ ਇੱਕ ਚੀਜ਼ ਵਧੀਆ ਬੁੱਕ ਦਿੱਤੀਆਂ ਜਾਂਦੀਆਂ, ਬਟ ਫਾਇਦਾ ਕੀ ਜੇ ਅਗਲੇ ਦਿਨ ਉਹ ਕੁਆਲਿਟੀ ਨਾ ਮਿਲੀ ਤੁਹਾਨੂੰ, ਫਿਰ ਤਾਂ ਇੱਕ ਟ੍ਰੈਪ ਹੀ ਹੋਇਆ ਨਾ। ਮੈਂ ਕਹਿੰਦਾ ਡੈਮੋ ਲਈ ਮੇਰੇ ਕੋਲ ਨਾ ਆਓ, ਜੋ ਤੁਹਾਡੀਆਂ ਪ੍ਰੋਬਲਮਸ ਆ ਉਹਨੂੰ ਆ ਕੇ ਮੇਰੇ ਟੇਬਲ 'ਤੇ ਆ ਕੇ ਬੈਠੋ, ਅੱਧਾ ਘੰਟਾ 1 ਘੰਟਾ ਲੈ ਕੇ ਡਿਸਕਸ ਕਰੋ, ਨਾ ਤੁਹਾਡੀਆਂ ਪ੍ਰੋਬਲਮ ਦਾ ਹੱਲ ਕੀਤਾ ਤਾਂ ਤੁਸੀਂ, ਤੁਹਾਡੇ ਕੋਲ ਬਹੁਤ ਆਪਸ਼ਨ ਆ, ਜੇ ਹੱਲ ਕਰਤਾ ਫਿਰ ਤਾਂ ਤੁਹਾਡੇ ਲਈ ਰਾਈਟ ਪਲੇਸ ਆ ਨਾ ਭਾਜੀ। ਤੁਸੀਂ ਬਾਹਰ ਜਾਣ ਲਈ ਬੱਚਿਆਂ ਨੂੰ ਇੰਗਲਿਸ਼ ਪੜ੍ਹਾਉਂਦੇ ਹੋ, ਤੁਸੀਂ ਆਪ ਬਾਹਰ ਗਏ? ਬਿਲਕੁਲ ਮੈਂ ਗਿਆ ਭਾਜੀ, ਮੈਂ ਸੱਚਾਈ ਇਹ ਦੱਸਣਾ ਚਾਹੁੰਦਾ ਕਿ ਮੈਂ ਵੀ ਸਟੂਡੈਂਟ ਵੀਜ਼ਾ ਤੇ ਯੂਕੇ ਗਿਆ ਸੀ, ਉੱਥੋਂ ਆਪਣੀ ਸਟੱਡੀ ਕੰਪਲੀਟ ਕੀਤੀ ਆ, ਫਿਰ ਮੈਂ ਵਾਪਸ ਆਇਆ। ਹਾਂਜੀ ਬਿਲਕੁਲ, ਹੁਣ ਪੜ੍ਹਾਈ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਬਿਲਕੁਲ ਬਿਲਕੁਲ ਸਰ, ਬਿਲਕੁਲ। ਅੱਛਾ ਜਦੋਂ ਆਪਾਂ ਅੰਦਰ ਆਏ ਸੀ ਨਾ, ਉਸ ਵੇਲੇ ਤੁਸੀਂ ਇੱਕ ਫੋਟੋ ਤੇ ਹੱਥ ਰੱਖ ਕੇ ਕਿਹਾ ਸੀਗਾ ਕਿ ਇਹ ਬੱਚੇ ਉਹ ਨੇ ਜਿਨ੍ਹਾਂ ਬੱਚਿਆਂ ਨੂੰ ਮੈਂ 1 ਮਹੀਨੇ ਦੇ ਵਿੱਚ ਤਿਆਰ ਕਰਕੇ ਇੱਥੋਂ ਆਇਲਸ ਦਾ ਟੈਸਟ ਕਲੀਅਰ ਕਰਾਤਾ, ਤੇ ਆਹ ਰਿਜ਼ਲਟ ਫੋਟੋ ਦੇ ਉੱਪਰ ਲਿਖੇ ਹੋਏ ਨੇ। ਤੇ ਐਵੇਂ ਹੀ ਮੈਂ ਬਾਕੀ ਜਦੋਂ ਕੋਚਿੰਗ ਕਲਾਸਿਸ ਦੇਖਦਾ ਹਾਂ ਨਾ, ਤਾਂ ਕੀ ਕਰਦੇ ਨੇ ਬੱਚੇ 'ਚ ਪੰਪ ਭਰਿਆ ਜਾਂਦਾ ਆ ਕਿ 1 ਮਹੀਨੇ ਦੇ ਵਿੱਚ ਉਹਦੇ ਉੱਦਾਂ ਖਾਣੇ ਕੁਛ ਨਾ ਪਵੇ, ਪਰ ਉਹਨੂੰ ਪੰਪ ਭਰ ਕੇ ਇਹ ਕਰ ਦਿੰਦੇ ਨੇ ਕਿ ਯਾਰ ਜਾ ਪੇਪਰ ਦੇ, ਤੇਰਾ ਪੇਪਰ ਕਲੀਅਰ ਹੋ ਜੂ। ਤੁਸੀਂ ਪੰਪ ਤਾਂ ਨਹੀਂ ਦਿੰਦੇ ਕਿਤੇ? ਪੰਪ ਭਾਜੀ ਭਰਨ ਦੀ ਲੋੜ ਹੀ ਨਹੀਂ, ਪਹਿਲੀ ਗੱਲ ਤਾਂ ਇਹ, ਅੱਜ ਕੱਲ੍ਹ ਸਾਰੇ ਬੱਚੇ ਸਿਆਣੇ ਆ। ਪੰਪ ਦੀ ਗੱਲ ਛੱਡੋ, ਮੈਂ ਤੁਹਾਨੂੰ ਆਹ ਦੱਸਦਾ ਕਿ ਆਹ ਦੇਖੋ ਆਹ ਬੁੱਕਸ ਆ ਮੇਰੀਆਂ, ਜਿਹੜੀਆਂ ਬੁੱਕਸ ਆ ਮੈਂ ਤਾਂ ਆਪਣੀ ਬੁੱਕ 'ਚ ਪਹਿਲਾ ਪੇਜ ਹੀ ਉਹ ਰੱਖਿਆ ਹੋਇਆ ਆ ਜਿਹਨੂੰ ਜੇ ਬੱਚਾ ਪੜ੍ਹ ਲਵੇ, ਇਹਨੂੰ ਬੈਂਡ ਡਿਸਕ੍ਰਿਪਟਰ ਕਹਿੰਦੇ ਆ। ਬਹੁਤ ਸਾਰੇ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਪਤਾ ਨਹੀਂ ਕਿ ਬੈਂਡ ਡਿਸਕ੍ਰਿਪਟਰ ਕੀ ਆ, ਦੋ ਦੋ ਤਿੰਨ ਤਿੰਨ ਮਹੀਨੇ ਲਗਾ ਲੈਂਦੇ। ਇਹਨੂੰ ਪੜ੍ਹ ਲਓ ਵੀ ਇਹ ਤੁਹਾਡੇ ਕੀ ਰਿਕੁਆਇਰਮੈਂਟ ਹੈਗੀਆਂ, ਤੁਸੀਂ ਆਪ ਹੀ ਇੰਨੇ ਕੈਪੇਬਲ ਹੋ ਜਾਓਗੇ ਕਿ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ 7 ਬੈਂਡ ਵਾਲਾ ਕੰਮ ਕਰ ਰਹੇ ਹੋ ਕਿ 8 ਬੈਂਡ ਵਾਲਾ ਕਰ ਰਹੇ ਹੋ। ਸੋ ਤੁਹਾਨੂੰ ਪੰਪ ਆਊਟ ਕਰਨ ਦੀ ਲੋੜ ਹੀ ਨਹੀਂ ਆ, ਇੱਥੋਂ ਸਭ ਇਹ ਆਪਣੇ ਆਪ ਬੋਲਦਾ, ਇਹ ਚੀਜ਼ ਆਪਣੇ ਆਪ ਬੋਲਦੀ ਆ ਬੱਚੇ। ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਬੱਚਾ ਪੇਪਰ ਦੇਣ ਚਲ ਜਾਂਦਾ ਹੈ ਪੰਪ 'ਚ ਆ ਕੇ, ਜਿਹੜੀ ਫੀਸ ਦਿੱਤੀ ਆ ਉਹ ਵੀ ਖਰਾਬ ਹੋਈ, ਬਿਲਕੁਲ, ਜਿਹੜੀ ਫੀਸ ਪੇਪਰ ਲਈ ਦਿੱਤੀ ਆ ਉਹ ਵੀ ਖਰਾਬ ਹੋਈ, ਉਸ ਤੋਂ ਬਾਅਦ ਉਹਨੂੰ ਦੁਬਾਰਾ ਉਹਦੇ 2-3 ਮਹੀਨੇ ਖਰਾਬ ਹੁੰਦੇ ਨੇ, 2-3 ਛੱਡੋ ਉਹਦੇ ਵੱਧ ਹੀ ਖਰਾਬ ਹੁੰਦੇ ਨੇ ਭਾਜੀ। ਹੁਣ ਦੇਖੋ ਫੀਸ ਵੀ ਡੇ ਬਾਏ ਡੇ ਵੱਧ ਰਹੀ ਆ, ਹੈ ਨਾ, ਹੁਣ ਸਿੱਧਾ ਹੀ 700-800 ਰੁਪਇਆ ਵੱਧ ਗਿਆ,
15,500 देखा जाए इट्स नॉट ए स्मॉल अमाउंट, एक आम बंदे दी पूरे महीने बाद जाके उन्हें 15,500 मिलता होगा अज की डेट दे विच, एक एवरेज बंदे दी जे गल करिए, सो इट्स ए बिग अमाउंट। सो इनू असी इदी नहीं भी हाँ सानू असी पंप च देता सानू किसी टीचर ने या सानू लगता, एवं इनू वेस्ट नहीं करना चाहिए क्योंकि वह तो वेस्ट ही आ, उदू बाद फिर दो गुणा फिर दोगे फिर होएगा तो टाइम वेस्ट वाली गल्ला है तो पैसा उदू ज़्यादा वेस्ट वाली। जदों ना मैं तुहाडे कोल आया सी तुसीं कागज़ उत्ते कुछ चीज़ां लिखियां सी कि ना असीं जां साडे कोल जदों कोई बच्चा आउंदा असीं उहनूं आह सर्विसिज दिंदे आ, मैं एक चीज़ देखी सी डुलिंगो, की कहिंदे डुलिंगो, डुलिंगो इहदा मतलब की आ? देखो डुलिंगो ये पहला तो इन्ना है तो बहुत पुराना टैसट है ये, बट ये अपने जो तो लॉकडाउन की सिचुएशन हुई है ना उदों थोड़ा जा टैस थोड़ा जा बूमअप होया, कारण की है कुछ USA दियाँ कुछ यूनिवर्सिटीज़ के एक्सेप्टेड है ना, फिर UK दियाँ कुछ यूनिवर्सिटीज़ इनू यदि मंग कर दी मिनीम 120 तो चाहिए ही है कुछ यूनिवर्सिटीज़, ता करके ये एक ऑनलाइन टैसट हैगा यदि। अच्छा मैं एक होर एक इंट्रस्टिंग फैक्ट यह हैगा कि कुछ इंस्टीट्यूट करवाएं इसनों प्रमोट करवाए आ, बट बच्चा भाजी मार्केट के जाता सारे पास घूम आता उन्होंने प्रॉब्लम एको ही आती है, उन्होंने यदा मटीरियल ही नहीं मिलता किसी को। मेरे को हमने मैं कहो कि मैं हमने 15-20 बुकलैट्स जिड़िया कि असी भी उस लॉकडाउन बह के आप प्रिपेयर कीतिया ना कि किसी को, मेरिया अपनिया लिखिया हुई बुक्स जिड़िया असी सर्च आउट करके अलग अलग सोर्सिस तो आप बनाई 15-20 बुकलैट्स रेडी आ साढ़े को, बच्चा एक बार उन्होंने तो गो थ्रू हो जाए डुलिंगो तो वो कोई वड्डी गल नहीं है। मैं एक मैं थोड़े को जो हम सवाल पूछण जा रहा ना, सवाल यह है जो मैं थानू पहला दस्या भी नहीं होगा, मैं थोड़ा पूछूंगा कि थोड़े को अज तक जिन्हें बच्चे आए ने किन्ने बच्चे ने जिन्हें ने थोड़े इंस्टीट्यूट चो निकल के आईलैंड का टैसट दिता और पास नहीं हुए, उन्होंने बैन नहीं है, तुम ये पूछ रहे बिल्कुल ये सच्चाई है भाजी, इनू मैं अपने तरीके आंसर दूंगा। असी की कर रहे हैं असी सारे लोग जे तो किसी से सत्त साढ़े सत्त बैंड आ गया अभी रौला पा दें सत्त आ गए साढ़े सत्त आ गए फिर पांच बारी भी पाओ ना साढ़े पांच बारी भी पाओ, ये तो फैक्ट आ फैक्ट आ, साढ़े इंस्टीट्यूशन भी साढ़े पांच भी आते हैं ठीक है, होर बाकी जो इंस्टीट्यूट है उन्होंने भी आते, ये कोई दो राय नहीं हैगी, बट ये आ उस चीज़ को टैकल किदा करना, उस बच्चे ने दोबारा प्रैक्टिस करवा के किदा उन्होंने एटलीस्ट डिजायरेबल जो बैंड उन्होंने चाहिए आ, साढ़े पांच वाले ये तो नहीं कहने के साढ़े पांच आ गए चल कोई गल नहीं किसी माड़े कॉलेज के अपलाई कर, नहीं इदा इदा असी मैं तो हजे अपना वीजा लाइन वाला एग्जैक्टली कुछ इन्ना ज़्यादा है भी नहीं आ, मेरा पर्टिकुलरली फोकस एजुकेशन वाल ही है ना, क्योंकि मैं इसे चीज़ को ज़्यादा प्रमोट कर रहा, यही रीज़न है कि मैं तो मेरे वाइफ असी दोनों ही ऑल द टाइम इतने होंने, टीचर साढ़े को निगलीजिबली एक तरह कह लो कि एक टीचर आ सिर्फ वो भी अपनी हैल्प वास्ते असी उन्होंने हायर किया हुआ है ना, कोई ऐसा सच नहीं, जो कोचिंग है वो मैं तो मेरे वाइफ असी टोटली आप ही प्रोवाइड करते हैं बच्चों, यह तो नहीं कि जे किसी के साढ़े पांच बैंड आ गए तुम उन्होंने ये तो नहीं कहने कि हूँ तुम कर लो सको तुम्हें दूसरी बार करवाने हो, बिल्कुल करवाने भाजी क्यों नहीं करवाने, इसे भी तो असं रखे वन मोड्यूल इन वन डे, जो मान लो किसी एक मोड्यूल चो घट आए वो फिर साड़ी रिस्पोंसिबिलिटी आ, असी उन्होंने किदा उस मोड्यूल चो दोबारा उन्होंने डिजायरेबल बैंड दवाने, तो असी देखा जाए जो मान लो पहले फर्स्ट मंथ की जो उन्हें पेपर नहीं दिता जो जिनी फीस पहली बारी है उस तो अद्धी फीस असी उस तो दोबारा लेनी है भाजी, हाँ दोबारा सानू उसकी कोचिंग देनी पई, असी पूरी फीस नहीं हाफ फीस लवांगे, जे बाय चांस तुहाडे कोल कोई बच्चा आउंदा है उहदे बैंड घट आउंदे ने तां दूजी वार तुसीं उहदे कोलों अद्धी फीस, बिल्कुल बिल्कुल अद्धी फीस चार्ज करा, क्योंकि उह गल्लां ने जिहड़ियां हो सकदा है जदों कोई होर बंदा तुहाडे इंटरव्यू करे तुहानूं ना पुछे, ते इस तों बाद मैं गल करूंगा कि 7778 हाँ ये बारे कुछ मैं जानना पाओ क्योंकि कई चीज़ा ने जिड़िया मैं सुनता पर मैं इन चीज़ों बारे नॉलेज नहीं है, हो सकता बच्चों के बिल्कुल तुसी फिर ये भी सुनया होगा कि 7778 वाली रेस जो होंगे उन्होंने लिसनिंग रीडिंग स्पीकिंग चो आ जाते हैं, बट राइटिंग राइटिंग चो 6 बैंड तो उपर नहीं आ पाते, उसका कारण ही यह है कि थोड़ी जी इस चीज़ की कमी बैंड डिस्क्रिप्टर समझने की कमी, बस इनू समझा जाए, मैं नहीं कह रहा जो मैं कहना वह करो जां ओ टीचर कह रहे आओ करो, जो यह चीज़ कह रही है एक तरह कह लो कि आयल्स का एक ग्रंथ आ, मैं इनू ये कहना अच्छा। बैंड डिस्क्रिप्टर आ इन्हें तुहानू सारा दस्या भी तुसीं किधर नू किदां जाना ते किदां तुहाडे बैंड जाने आ, उहनू रट लो उस हिसाब नाल तुसीं अपनी प्रैपरेशन तैयार कर लो ते बस तुसीं उहनू फॉलो करते जाओ, बैंड का कोई एड्डा इशू नहीं हैगा, बच्चे मतलब साढ़े तुहाडे वर्गे हुंदे आ जिहड़े 7778 लैंदे आ। मेरा एक आखिरी सवाल यही है कि जेकर तुहाडे कोल कोई बच्चा अपने पेरेंट्स नूं लैके आउंदा है कि मैं उन्हां दी वीडियो देखी चलो आपां डीमोटिवेटर चलदे आं,
तो वह किस तरह का मन बना के तुहाडे कोल आवे कि इत्थे आके उन्हूं निराश ना होना पवे, उन्हूं पता होवे कि किहड़ियां गल्लां दा मैं इत्थे आउण लगे ध्यान रखना है, किहो किस तरह का मन बना के तुहाडे कोल आउणा है। बहुत हरप्रीत भाजी वधिया सवाल पुछिया तुसीं, पर मैं हाँ इहदा मैं जवाब इदां दूंगा कि मैं इह वी नहीं कहिंदा कि मेरे कोल ही आओ, मैं इक्को ही चीज़ कहिंदा जिथे भी जाणा तुसीं जाओ, पर जे अपना टाइम ते पैसा बचाउणा ना जो जो आयल्स दे विच चीज़ां दी रिक्वायरमेंट आ ना, जिद्दां कि ग्रामर पार्ट हो गया, एक्टिव पैसिव हो गई है ना, ये चीज़ां जिहड़ियां कि जे तुहाडे बैंड बधाउणियां, उहनां नूं ना अपने पहले ही करके आओ थोड़ा जिहा, या अपनी प्लस टू जदों तुहाडी चल रही है उहनूं नाल नाल उहनां चीज़ां नूं करो, जे तुहाडा प्लैनिंग पहले ही बाहर जाण दी आ उहनां नूं करो, तां कि तुसीं इंस्टीट्यूट जाओ तुहानूं इंग्लिश सिखण च ना टाइम वेस्ट होवे, आयल्स कीता कीता फटाफट ते चलेगा, जे आ के इंस्टीट्यूट इंग्लिश सिखण लग पए 4-5 महीने तां भाजी लगणे आ, ते इही मैनूं लगदा कुछ इंस्टीट्यूशन वाले चाहुंदे वी आ कि तुहाडे कोल आउण तों पहलां ही उस चीज़ दी तैयारी च रहण कि मैं इंग्लिश सिखणी शुरू कर देवां, है ना। हाँ बिल्कुल ठीक है, तो आस करते हैं ये वीडियो जेडे भी बच्चे या उन्होंने पेरेंट्स देखेंगे जिन्हों का सुपना है कि मैं कनेडा जाना है, न्यूजीलैंड जाना, ऑस्ट्रेलिया जाना है ना, किसी भी बाहरले मुल्क जाना है, वो एक वधिया इंस्टीट्यूट की भाल कर रहे होणगे, तो हो सकता उन्होंने सवालों के जवाब उन्होंने मिल गए होणगे, तो जेडे सवाल या जेडियां क्वेरीज हो सकता रह गई हैं इस इंटरव्यू के, क्योंकि इंटरव्यू बहुत ही लंबी तो आप नहीं कर सकते, वो अगले इंटरव्यू के मैं वादा करदा कि आप जरूर करांगे, तो समा देने बहुत बहुत धन्यवाद जी। थैंक यू, थैंक यू, थैंक यू भाई।